ਤੁਸੀਂ ਥੰਮੇ ਰਹਿ ਗਿਆ ਹੋ ਜੀ ਪਿਛਲੇ ਬੰਦੇ ਤੱਕ ਥੰਮੇ ਰਹਿ ਗਿਆ ਅੱਲਾ ਕੱਟ ਕਰੋ ਜੀ ਗਾਸ ਫੜੋ ਜੀ ਕਹਿੰਦਾ ਸਾਡੇ ਰੌਣਾ ਪਾਸੇ ਤੋਂ ਸਾਡਾ ਫਾਇਦਾ ਤਾਂ ਕੋਈ ਨਹੀਂ ਨਾ ਅਸਲ ਤੋਂ ਬਾਤ ਹੈ ਕਿ ਅਮਦਾਨ ਨਹੀਂ ਆ ਅੱਲਾ ਬਾਤ ਦੀ ਤਾਰੀਫ ਅਗੇ ਰਾਜੇ ਜੀ ਦੇ ਨਾਲ ਕੀਤੀ ਕਿ ਦਿਵੀ ਆਸਮਾਨ ਸਭਾ ਕੇ ਕਾਸ ਪਾਣ ਦੇ ਬੋਲੀ ਦੇ ਨਾ ਕੋਈ ਮਕਾ ਸਕਿਆ ਬੰਦਾ ਵੀ ਦੀ ਤਾਰੀਫ ਕਰਦੀ ਬੰਦਾ ਖੁਦ ਹੀ ਤਾਰੀਫ ਹੈ ਨਾ ਪਾਗਲੀ ਸਵਾਲ ਹੈ ਕਿ ਜਿਨ੍ਹਾਂ ਕੀ ਅੱਲਾ ਬਾਤ ਨੇ ਮਾਸੂਮ ਕਰਾ ਦਿੱਤਾ ਜਿਨ੍ਹਾਂ ਕੀ ਅੰਬਿਆਏ ਕਰਾਮ ਆ ਗਏ ਮੈਂ ਆਪਣਾ ਨਹੀਂ ਦੋ ਚਾਰ ਮੈਂ ਜਾਦਾ ਪੇਸ਼ ਕਰਨਾ ਉਸ ਤੋਂ ਬਾਅਦ ਮਸੂਰ ਹੋ ਪਰ ਇਹ ਅੰਬਿਆਏ ਕਰਾਮ ਨੇ ਕਿਸ ਤਰ੍ਹਾਂ ਮੈਂ ਜਾਦ ਕੀਤੀ ਜਿਹੜੇ ਮਾਸੂਮ ਨੇ ਨਾ ਉਹ ਆ ਗਏ ਛੇ ਮੇਰੇ ਜਨਵਰ ਕਿਉਂ Yeah, that's the one.
ਭਾਰਤ ਪਾਕਿਸਤਾਨ ਮਾੜੀ ਜ਼ਬਾਨ ਕੀ ਦਾ ਪ੍ਰਚਾਰ ਕਾਲੇ ਨਿਕਲੇ ਨੇ ਅਤੇ ਅਗਰ ਕੋਈ ਗੱਲ ਬਣੇ ਤਾਂ ਦੁਗਨਤ ਹੋਏਗੀ ਤਾਂ ਮੈਂ ਮਾਦਤ ਨਾ ਕਿਹਾ ਸਾਂ ਕਿਉਂਕਿ ਸਿਹਤ ਕੁਦਰਤੀ ਚੀਜ਼ ਹੈ ਅੱਜ ਦੋ ਚਾਰ ਦਿਨ ਤੋਂ ਜ਼ਬਾਨ ਇਹ ਖਰਾਬ ਹੈ ਜਿਹਨੇ ਛਾਲੇ ਨਿਕਲੇ ਤਾਂ ਸਿਹਤ ਜਿਹੜੀ ਆ ਕੇ ਰੱਬ ਅੰਦਰ ਹੋਣੀ ਤੇਰਾ ਪਤਾ ਠੀਕ ਹੋਣਾ ਤਾਂ ਬਿਮਾਰੀ ਹੋ ਜਾਣਾ ਵੈਸੇ ਮੈਂ ਬਾਕੀ ਠੀਕ ਆ ਪਿਆ ਹੋਰ ਕੋਈ ਬਿਮਾਰੀ ਨਹੀਂ ਤੇ ਸਰਕਾਰ ਨੇ ਅੱਲਾਹ ਨਾ ਕਰਾਂ ਵਾ ਆਪਣੇ ਯਾਦ ਰੱਖ ਸੌ ਸ਼ਹੀਦ ਅਕਬਰ ਇੱਕ
ਪਾਸਾ ਉਤਲਾ ਯਾਕੂਬ ਨਾ ਮਕਾਮ ਮਿਲਦਾ ਸ਼ਹੀਦ ਅਕਬਰ ਸ਼ਹੀਦ ਅਸਗਰ ਵੀ ਹੋਣੇ ਇਸ ਉਮਤ ਪਰ ਬੜੇ ਬੜੇ ਅਹਿਸਾਨ ਹੈ ਜਿਸ ਕੀ ਕੰਨਾ ਪੁੜੀ ਕੋੜਾ ਨਾ ਮਰੀ ਕਿਚਾ ਉਹ ਵੀ ਸ਼ਹੀਦ ਹੈ ਜਿਹੜਾ ਤਾਂ ਇਹਨਾਂ ਨੇ ਨਾ ਅਸਰ ਕਰਨਾ ਮਰੀ ਕਿਚਾ ਉਹ ਵੀ ਸ਼ਹੀਦ ਹੈ ਲੇਕਿਨ ਅਕਬਰ ਸ਼ਹੀਦ ਹੋਈ ਉਹਨਾਂ ਦੇ ਜਿਹੜਾ ਮੈਦਾਨ ਦੇ ਬਾਹਰ ਰੱਖਣਾ ਹੋ ਕੇ ਅੱਲਾਹ ਪਾਕ ਦਾ ਜਾਨ ਲੈ ਆਕੇ ਉਸ ਨਾਲ ਵੀ ਦੱਸੂਗਾ ਅਕਬਰ ਕੋਈ ਯਾਕੂਬ ਦੇ ਅਸਰਾਂ ਨਾਲ ਯਾਦ ਕਰਦੇ ਨੇ ਆਕਰ ਮੇਰਾ ਸੁਪਰ ਹਲਾ ਹੇ ਅੱਲਾ ਨੂਰ
राजे साहब की थोड़ी इस गला ने कपकी पोची के बेस्ती की गल की बेस्ती की मुराद ये नहीं होना बंदा दूसरी बंदा डांग मारे है या भिड़े है बड़े बंदे बंदा समझा जी नहीं करा कि बेस्ती होनी इस तो मजीद तौर पर बेस्ती नहीं होनी कि मिसाल है बंदा मैं दो हाँ शेर बोले तो जब तक आप कोई गाइड मारा ना इतनी देर तक बेस्ती नहीं होनी इस तरह ना ही बेस्ती आ उस तरह नुक्ता चीज नहीं करना इस किस्म नहीं या बहस पैसा करना आप तो बड़े बंदे ना इं बेस्ती है जे बंदा अगर समझ आता है Thank you.
रखी ना